ਤਾ ਲੋਕੋਂ ਸੁੱਖ ਦਾ ਸਾਹ ਲੈ ਲਓ ਪੰਜਾਬ ਚ ਵੀ ਮੀਂਹ ਪੈਣੇ ਸ਼ੁਰੂ ਹੋ ਗਏ ਨੇ ਜੀ ਹਾਂ ਪੰਜਾਬ ਦੀ ਇਸ ਥਾਂ ਤੇ ਮੀਂਹ ਪੈ ਗਿਆ ਏ ਮੀਂਹ ਦੇ ਨਾਲ ਗੜੇ ਵੀ ਪੈ ਰਹੇ ਨੇ ਲੋਕਾਂ ਨੇ ਮਸਾ ਸੁੱਖ ਦਾ ਸਾਹ ਲਿਆਏ ਗਰਮੀ ਤੋਂ ਰਾਹਤ ਮਿਲੀ ਹੈ ਆਪਣੇ ਇਲਾਕੇ ਦਾ ਹਾਲ ਦੱਸੋ ਤੁਹਾਡੇ ਇਲਾਕੇ ਦੇ ਵਿੱਚ ਵੀ ਮੀਂਹ ਪੈ ਰਿਹਾ ਏ ਕਮੈਂਟ ਕਰਕੇ ਦੱਸੋ ਆਪਣੇ ਆਪਣੇ ਇਲਾਕਿਆਂ ਦਾ ਹਾਲ ਤੇ ਜੇਕਰ ਮੀ ਨਹੀਂ ਪੈ ਰਿਹਾ ਤਾਂ ਥੋੜੇ ਚਿਰ ਨੂੰ ਪੈ ਜਾਵੇਗਾ ਕਿਉਂਕਿ ਲਗਾਤਾਰ ਇਸ ਇਲਾਕੇ ਦੇ ਵਿੱਚ ਦੇਖੋ ਕਿੰਨੀ ਤਾਬੜ ਤੋੜ بارش ਹੋ ਰਹੀ ਹੈ ਕਿੰਨੀ ਤੇਜ਼ ਮੀਂਹ ਪੈ ਰਿਹਾ ਏ ਗੜੇ ਪੈਰੇ ਨੇ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਏ ਬਹੁਤ ਖੁਸ਼ ਨੇ ਲੋਕ ਕਿਉਂਕਿ ਬੜੇ ਦਿਨ ਹੋ ਗਏ ਪੂਰੇ ਪੰਜਾਬ ਭਰ ਦੇ ਵਿੱਚ ਕਿਤੇ ਮੀਂਹ ਨਹੀਂ ਪੈ ਰਿਹਾ ਸੀ ਜਿਸ ਕਰਕੇ ਕਈ ਜਾਨਵਰਾਂ ਦੀ ਮੌਤ ਹੋਈ ਕਈ ਥਾਵਾਂ ਤੇ ਅੱਗਾ ਅੱਗ ਲੱਗੀਆਂ ਤੇ ਕਈ ਥਾਵਾਂ ਤੇ ਬਜ਼ੁਰਗ ਲੋਕ ਬਿਮਾਰ ਹੋ ਗਏ ਹਸਪਤਾਲ ਭਰ ਗਏ ਗਰਮੀ ਕਰਕੇ ਕਿਉਂਕਿ ਗਰਮੀ ਕਰਕੇ ਲੋਕ ਘਰੋਂ ਬਾਹਰ ਵੀ ਨਿਕਲਣ ਤੋਂ ਗੁਰੇਜ਼ ਕਰ ਰਹੇ ਸੀ ਤਾਂ ਕਰਕੇ ਠੰਡਾ ਵੀ ਚੋਪਟ ਹੋਇਆ ਸੀ ਪੰਜਾਬ ਦੇ ਵਿੱਚ ਲੋਕਾਂ ਦਾ ਤਾਂ ਹੁਣ ਜਿਹੜੀ ਗਰਮੀ ਪਈ ਐ ਸਾਲ ਰਿਕਾਰਡ ਤੋੜ ਗਰਮੀ ਪਈ ਐ ਉਸ ਤੋਂ ਰਾਹਤ ਮਿਲੀ ਐ ਮੀਂਹ ਪੈ ਗਿਆ ਐ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਦੇਖੋ ਕਿਵੇਂ ਰਾਹਤ ਭਰੀਆਂ ਐ ਤਸਵੀਰਾਂ ਨੇ ਵੱਧ ਤੋਂ ਬੱਦ ਸ਼ੇਅਰ ਕਰੋ ਤੇ ਪੁੱਛੋ ਕਿ ਕਿਹੜੇ ਕਿਹੜੇ ਥਾਂ ਤੇ ਮੀ ਪਿਆਏ ਕਿਹੜੀ ਕਿਹੜੀ ਥਾਂ ਤੇ ਜਕਰ ਤੁਹਾਡੇ ਇਲਾਕੇ ਦੇ ਵਿੱਚ ਵੀ ਮੀ ਪਿਆਏ ਤਾਂ ਸਾਡੇ ਮੈਸੇਂਜਰ ਦੇ ਉੱਤੇ ਸਾਨੂੰ ਮੈਸੇਜ ਕਰੋ ਸਾਨੂੰ ਵੀਡੀਓ ਭੇਜੋ ਅਸੀਂ ਤੁਹਾਡੀ ਵੀਡੀਓ ਜ਼ਰੂਰ ਚਲਾਵਾਂਗੇ ਤਾਂ ਕਮੈਂਟ ਕਰਕੇ ਵੀ ਜ਼ਰੂਰ ਦੱਸੋ ਆਪ ਤੁਹਾਡੇ ਇਲਾਕੇ ਦੇ ਵਿੱਚ ਮਾਝਾ ਮਾਲਵਾ ਦੁਆਬਾ ਪੁਆਦ ਇਹ ਚਾਰੇ ਇਲਾਕਿਆਂ ਦੇ ਵਿੱਚ ਕਿੱਥੇ ਕਿੱਥੇ ਮੀ ਪੈ ਰਿਹਾ ਏ ਕਿਹੜੇ ਕਿਹੜੇ ਕਸਬੇ ਚ ਮੀ ਪੈ ਰਿਹਾ ਏ ਮੀ ਬੂੰਦਾ ਬੰਦੀ ਏ ਕਿ ਤਬਰ ਤੋੜ ਮੀ ਪੈ ਰਿਹਾ ਏ ਕਿ ਘੜੇ ਪੈਰੇ ਨੇ ਕਮੈਂਟ ਕਰਕੇ ਜ਼ਰੂਰ ਦੱਸੋ ਕਲਾ ਕਲਾ ਕਮੈਂਟ ਹੈ ਜਿਹੜਾ ਉਹ ਪੜਿਆ ਜਾਵੇਗਾ ਪਰ ਸਰਹੱਦੀ ਇਲਾਕੇ ਅਜ ਨਾਲਾ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਤਬੜ ਤੋੜ ਇਹ ਮੀਂਹ ਪਿਆਏ ਲਗਾਤਾਰ بارش ਹੋਈ ਹੈ ਲਗਾਤਾਰ ਮੀਂਹ ਪੈਣ ਦੇ ਕਾਰਨ ਜਿਹੜੀ ਧਰਤੀ ਗਰਮ ਹੋਈ ਹੋਈ ਸੀ ਮਸਾ ਠੰਡੀ ਹੋਈ ਹੈ ਜਿਸ ਕਰਕੇ ਜਾਨਵਰਾਂ ਦੇ ਵਿੱਚ ਵੀ ਰਾਹਤ ਹੈ ਅਤੇ ਲੋਕਾਂ ਨੇ ਵੀ ਸੁੱਖ ਦਾ ਸਾਹ ਲਿਆ ਲੋਕ ਘਰੋਂ ਬਾਹਰ ਨਿਕਲੇ ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਦੁਪਹਿਰ ਵੇਲੇ ਦੀਆਂ ਜਿੱਥੇ ਮੀਂਹ ਪਿਆਏ ਚਮਾ ਚਮ ਕਰਕੇ ਮੀਂਹ ਪਿਆਏ ਤੇ ਕਿਸਾਨ ਵੀ ਖੁਸ਼ ਹੋਏ ਨੇ ਕਿਉਂਕਿ ਝੋਨਾ ਲਾਉਣ ਦਾ ਸਮਾਂ ਆ ਗਿਆ ਏ ਤੇ ਕਿਸਾਨਾਂ ਨੂੰ ਮੀਂਹ ਦੀ ਬਹੁਤ ਜ਼ਰੂਰਤ ਹੈ ਪਾਣੀ ਦੀ ਬਹੁਤ ਜ਼ਰੂਰਤ ਹੈ ਤਾਂ ਕਰਕੇ ਕੱਲ ਜਿਹੜੇ ਪਿੰਡਾਂ ਦੇ ਲੋਕ ਨੇ ਉਹਨਾਂ ਦੇ ਵੱਲੋਂ ਟੂਣੇ ਟੱਪੇ ਵੀ ਕੀਤੇ ਗਏ ਜਿਹੜੀ ਪੁਰਾਣੀਆਂ ਬੀਬੀਆਂ ਕਰਦੀਆਂ ਹੁੰਦੀਆਂ ਸੀ ਤਾਂ ਕਰਕੇ ਜਿਹੜੇ ਇਲਾਕੇ ਨੇ ਅਜਨਾਲਾ ਦੇ ਇਲਾਕੇ ਨੇ ਉਹਨਾਂ ਤੇ ਮੀਂਹ ਪਿਆ ਏ ਮੀਂਹ ਦੇਖੋ ਕਿੰਨੀ ਤੇਜ਼ ਪਿਆ ਏ ਗੜੇ ਪਏ ਨੇ ਗੜੇ ਕਰਕੇ ਜਿਹੜੇ ਲੋਕ ਨੇ ਬੇहद ਖੁਸ਼ ਨੇ ਅੱਗੇ ਗੜੇ ਪੈਂਦੇ ਸੀ ਤਾਂ ਲੋਕਾਂ ਨੂੰ ਡਰ ਲੱਗਦਾ ਸੀ ਕਿ ਕਿਤੇ ਉਹਨਾਂ ਦਾ ਨੁਕਸਾਨ ਨਾ ਹੋ ਜੇ ਗੜੇ ਮੋٹے ਪੈਣ ਦੇ ਕਾਰਨ ਉਹਨਾਂ ਦੀਆਂ ਗੱਡੀਆਂ ਨਾ ਪੰਨੀਆਂ ਜਾਣ ਪਰ ਇਸ ਵਾਰ ਤਾਂ ਲੋਕ ਬਹੁਤ ਖੁਸ਼ ਨੇ ਕਿਉਂਕਿ ਬੜੇ ਦਿਨਾਂ ਬਾਅਦ ਮੀਂਹ ਪਿਆਏ ਸੁੱਖ ਦੀਆਂ ਤਸਵੀਰਾਂ ਸੁੱਖ ਦਾ ਸਾਹ ਜਿਹੜਾ ਏ ਉਹ ਲੋਕਾਂ ਨੇ ਲਿਆਏ ਗਰਮੀ ਤੋਂ ਪ੍ਰੇਸ਼ਾਨ ਸਨ ਤਾਂ ਸਰਹੱਦੀ ਇਲਾਕੇ ਪੰਜਾਬ ਦੇ ਸਰਹੱਦੀ ਇਲਾਕੇ ਜਿਹੜੇ ਨੇ ਉੱਥੇ ਮੀਂਹ ਪਿਆ ਗਿਆ ਏ ਕਿਸਾਨ ਬੇहद ਖੁਸ਼ ਨੇ ਤਾਂ ਆਪਣੇ ਆਪਣੇ ਇਲਾਕਿਆਂ ਦਾ ਹਾਲ ਦੱਸੋ ਤੁਹਾਡੇ ਇਲਾਕਿਆਂ 'ਚ ਵੀ ਪਿਆ ਮੀਂਹ